प्यारे बच्चे सारयां नूं प्यार भरी सति श्री अकाल। हाँ बेटा, आपां गणित दा काम आ जिहड़ा ओह करदे पए आ, ते आपां पूर्ण अंकां ते क्रियावां दा प्रैक्टिस सैट पहला करदे पए सीगे। उहदे विच आपां जिहड़े हैगे आ बेटा सवाल कर ले सीगे, 14 तक सवाल कर ले सी। 15 नंबर सवाल आ जिहड़ा बेटा ओह मैं तुहानूं डिटेल च समझाउण लगा, क्योंकि इह कंसैप्ट ना वार वार आउंदे पए आ। पहलियां 10 ਜਿਸਤ ਸੰਖਿਆਵਾਂ ਦਾ ਜੋੜ ਦੱਸੋ, ਕਦੀ ਉਹ ਕਹਿ ਦਿੰਦਾ ਪਹਿਲੀਆਂ 10 ਟਾਂਗ ਸੰਖਿਆਵਾਂ ਦਾ ਜੋੜ ਦੱਸੋ, ਕਦੀ ਉਹ ਕਹਿ ਦਿੰਦਾ ਪ੍ਰਕਿਰਤਕ, ਕਦੀ ਉਹ ਕਹਿ ਦਿੰਦਾ ਪੂਰਨ ਸੰਖਿਆਵਾਂ ਦਾ। ਠੀਕ ਹੈ, ਤੇ ਇਹ ਸਵਾਲ ਮੋਸਟ ਪ੍ਰੋਬਬਲੀ ਇੱਕ ਸਵਾਲ ਆਉਣਾ ਹੀ ਆਉਣਾ ਪੇਪਰ ਦੇ ਵਿੱਚ। ਇਸ ਕਰਕੇ ਬੇਟਾ ਇਹ ਧਿਆਨ ਨਾਲ ਸਮਝ ਲਓ, ਬੜਾ ਸੌਖਾ ਸਵਾਲ ਹੈਗਾ, ਸਿੰਪਲ ਫਾਰਮੂਲੇ ਲੱਗਦੇ ਆ। ਇਸ ਕਰਕੇ ਆਪਾਂ ਜਿਸਤ ਦਾ ਵੀ ਕਰਾਂਗੇ, ਤੁਹਾਨੂੰ ਸਵਾਲ ਦੇ ਵਿੱਚ ਪੁੱਛਿਆ ਜਿਸਤ ਦਾ ਆ, ਪਰ ਆਪਾਂ ਇਹਦੇ ਨਾਲ ਆ ਚਾਰੇ ਸਵਾਲ ਸਪਸ਼ਟ ਕਰਾਂਗੇ। ਤਾਂ ਬੇਟਾ ਪਹਿਲਾਂ ਆਪਾਂ ਜਿਸਤ ਸੰਖਿਆਵਾਂ ਦਾ, ਇਹਦਾ ਬੇਟਾ ਫਾਰਮੂਲਾ ਹੀ ਚੇਤੇ ਰੱਖਣਾ ਹੈ। ਜਿਸਤ ਸੰਖਿਆਵਾਂ ਦੇ ਜੋੜ ਦਾ ਫਾਰਮੂਲਾ ਹੁੰਦਾ ਆ ਐਨ ਇੰਟੂ ਐਨ ਪਲੱਸ 1 ਐਨ ਐਨ ਹੁੰਦੀਆਂ ਨੰਬਰ ਆਫ ਜਿੰਨੀਆਂ ਸੰਖਿਆਵਾਂ, ਜਿਵੇਂ ਐਨ ਇੱਥੇ 10 ਪੁੱਛਿਆ ਗਿਆ, ਪਹਿਲੀਆਂ 10 ਜਿਸਤ ਸੰਖਿਆਵਾਂ ਦਾ ਜੋੜ ਦੱਸੋ। ਠੀਕ ਹੈ ਬੇਟਾ, ਤਾਂ ਇੱਥੇ ਅਸੀਂ ਕਰਕੇ ਨਹੀਂ ਦੇਖਣਾ ਵੀ ਆ 2, 4, 6, 8, 10 ਲਿਖ ਕੇ ਕਰਾਂਗੇ ਤਾਂ ਆਪਾਂ ਨੂੰ ਕਿੰਨਾ ਟਾਈਮ ਲੱਗ ਜੂਗਾ, ਕਿਉਂਕਿ ਉੱਥੇ ਸਮੇਂ ਦਾ ਬਹੁਤ ਮਹੱਤਵ ਹੁੰਦਾ ਆ। ਤਾਂ ਆਪਾਂ ਇੱਥੇ ਫਾਰਮੂਲਾ ਲਾ ਦਾਂਗੇ, 10 ਗੁਣਾ 10 ਜਮ੍ਹਾਂ 1। ਤਾਂ ਪਹਿਲਾਂ ਅਸੀਂ ਬੇਟਾ ਬਰੈਕਟ ਹਟਾ ਲੈਂਦੇ ਹਾਂ, ਹੈ ਨਾ, ਬਰੈਕਟ ਖੋਲਦੇ ਹਾਂ। 10 ਜਮ੍ਹਾਂ 1 11, 11 ਗੁਣਾ 10 ਕਰਾਂਗੇ 11 ਦਾ ਆ 110 ਬਣ ਗਿਆ, ਤਾਂ ਇਹਦਾ ਉੱਤਰ ਆ ਗਿਆ 110। ਠੀਕ ਹੈ, 110 ਨੂੰ ਬੇਟਾ 110 ਪਹਿਲੀ ਹੀ ਆਪਸ਼ਨ ਆ, ਤੁਸੀਂ ਪਹਿਲੀ ਆਪਸ਼ਨ 'ਤੇ ਟਿਕ ਕਰ ਦੇਣਾ ਆ। ਠੀਕ ਹੈ, ਇੱਥੇ ਬੇਟਾ ਇਹ ਸਵਾਲ ਖਤਮ ਹੋ ਜਾਂਦਾ। ਪਰ ਆ ਅਗਲੇ ਸਵਾਲ ਹੁਣ ਤੁਹਾਡੀ ਨੌਲੇਜ ਦੇ ਲਈ ਆਪਾਂ ਡਿਟੇਲ 'ਚ ਫਿਰ ਹੋਰ ਕਰਨ ਲੱਗੇ। ਇਹ ਚੇਤੇ ਹੀ ਕਰ ਲੈਣੇ ਤੁਸੀਂ ਚਾਰੇ ਫਾਰਮੂਲੇ ਚੇਤੇ, ਕਿਉਂਕਿ ਇਹਦੇ ਨਾਲ ਰਿਲੇਟਡ ਇੱਕ ਸਵਾਲ ਜ਼ਰੂਰ ਆਉਣਾ ਹੀ ਆਉਣਾ ਆ ਤੁਹਾਨੂੰ ਸੈੱਟ ਦੇ ਵਿੱਚ। ਠੀਕ ਹੈ, ਫਿਰ ਉਹ ਕਹਿੰਦਾ ਪਿਆ ਵੀ ਪਹਿਲੀਆਂ, ਜਿਵੇਂ ਆਪਾਂ ਪਹਿਲਾਂ ਕੀਤਾ ਸੀ, ਪਹਿਲੀਆਂ 10 ਟਾਂਗ ਸੰਖਿਆਵਾਂ ਦਾ ਜੋੜ ਦੱਸੋ। ਤਾਂ ਬੇਟਾ ਟਾਂਗ ਸੰਖਿਆਵਾਂ ਦੇ ਜੋੜ ਦਾ ਫਾਰਮੂਲਾ ਜਿਹੜਾ ਹੈਗਾ ਆ ਉਹ ਹੁੰਦਾ ਆ ਐਨ ਦਾ ਸਕੇਅਰ, ਮਤਲਬ ਜਿੰਨੀਆਂ ਸੰਖਿਆਵਾਂ ਪੁੱਛੀਆਂ ਉਹਨੂੰ ਉਹਦੇ ਨਾਲ ਹੀ ਗੁਣਾ ਕਰ ਦੇਣਾ। ਠੀਕ ਹੈ, ਬਰਾਬਰੇ ਇਹ ਬਣ ਗਿਆ 10 2, ਕਿਉਂਕਿ ਪਹਿਲੀਆਂ 10 ਪੁੱਛੀਆਂ ਨਾ ਉਹਨੇ, 10 ਗੁਣਾ 10। ਤਾਂ ਟਾਂਗ ਸੰਖਿਆਵਾਂ ਦਾ ਜੋੜ ਕਿੰਨਾ ਬਣ ਜੂਗਾ, 100। ਠੀਕ ਹੈ ਬੇਟਾ, ਕਰਨ ਦੀ ਲੋੜ ਨਹੀਂ, ਜਦੋਂ ਇਹਨੂੰ ਜੋੜ ਕੇ ਦੇਖੋਗੇ ਤਾਂ 100 ਹੀ ਉੱਤਰ ਆਊਗਾ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਉਹ ਗੱਲ ਕਰਦਾ ਪਿਆ ਵੀ ਪਹਿਲੀਆਂ 10 ਪ੍ਰਕਿਰਤਕ ਸੰਖਿਆਵਾਂ ਦਾ ਜੋੜ ਦੱਸੋ। ਜੇ ਸਵਾਲ ਉਹਨੇ ਇਸ ਤਰ੍ਹਾਂ ਪੁੱਛ ਲਿਆ ਤਾਂ ਪ੍ਰਕਿਰਤਕ ਸੰਖਿਆਵਾਂ ਤੁਸੀਂ ਚੇਤੇ ਰੱਖਣੀਆਂ ਵੀ 1 ਤੋਂ ਸ਼ੁਰੂ ਹੁੰਦੀਆਂ ਹੈ ਪ੍ਰਕਿਰਤਕ ਸੰਖਿਆਵਾਂ। ਠੀਕ ਹੈ, ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ, ਬਸ ਇੰਨਾ ਹੀ ਅੰਤਰ ਆ ਪ੍ਰਕਿਰਤਕ ਸੰਖਿਆਵਾਂ ਅਤੇ ਅੱਗੇ ਅਨੰਤ ਤੱਕ ਚੱਲਦੀਆਂ ਆ। ਤਾਂ ਪਹਿਲੀਆਂ 10 ਪ੍ਰਕਿਰਤਕ ਸੰਖਿਆਵਾਂ ਦਾ ਜਿਹੜਾ ਜੋੜ ਹੈਗਾ ਆ ਉਹਦਾ ਫਾਰਮੂਲਾ ਹੁੰਦਾ ਆ ਐਨ ਐਨ ਤੋਂ ਮਤਲਬ ਨੰਬਰ ਆਫ ਸੰਖਿਆਵਾਂ। ਠੀਕ ਹੈ, ਕਿੰਨੀਆਂ, ਐਨ ਇੰਟੂ ਐਨ ਪਲੱਸ 1 ਬਟਾ 2। ਇਹ ਜਿਹੜਾ ਫਾਰਮੂਲਾ ਪ੍ਰਕਿਰਤਕ ਸੰਖਿਆਵਾਂ ਦੇ ਜੋੜ ਦਾ, ਤਾਂ ਐਨ 10 ਆ ਬੇਟਾ, ਆਪਾਂ ਇੱਥੇ ਕੀਮਤ ਭਰਦੇ ਹਾਂ 10 ਗੁਣਾ 10 ਜਮ੍ਹਾਂ 1 ਬਟਾ 2। ਠੀਕ ਹੈ, ਤਾਂ ਇੱਥੇ ਸਾਡਾ ਲੱਗੂਗਾ 10 ਗੁਣਾ, ਇਹ ਆਪਾਂ ਬੇਟਾ ਜਦੋਂ ਆਪਾਂ ਕਰ ਲਿਆ ਤਾਂ 10 ਜਮ੍ਹਾਂ 1 11, ਪਹਿਲਾਂ ਆਪਾਂ ਉੱਪਰਲਾ ਇੱਥੇ ਕੱਟ ਲਓ ਤੁਸੀਂ 2, 5, 10 ਆ ਗਿਆ, ਅਤੇ 10 ਜਮ੍ਹਾਂ 1 11 ਆ ਗਿਆ, 11 ਗੁਣਾ 5 55, ਤਾਂ ਕਿੰਨਾ ਆਜੂਗਾ ਪਹਿਲੀਆਂ 10 ਪ੍ਰਕਿਰਤਕ ਸੰਖਿਆਵਾਂ ਦਾ ਜੋੜ, 55। ਠੀਕ ਹੈ, ਹੁਣ ਬੇਟਾ ਗੱਲ ਕਰ ਰਿਹਾ ਹੋ ਪਹਿਲੀਆਂ 10 ਪੂਰਨ ਸੰਖਿਆਵਾਂ, ਪੂਰਨ ਸੰਖਿਆਵਾਂ ਦੇ ਵਿੱਚ ਸਿਰਫ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ, ਇੱਥੋਂ ਤੋਂ ਲੈ ਕੇ 9 ਤੱਕ ਗਿਣਾਂਗੇ ਤਾਂ ਇਹਨਾਂ ਦੀ ਗਿਣਤੀ 10 ਬਣ ਜੂਗੀ। ਤਾਂ ਪੂਰਨ ਸੰਖਿਆਵਾਂ ਦਾ ਜੇਕਰ ਤੁਹਾਨੂੰ ਸਵਾਲ ਆ ਜਾਂਦਾ ਤਾਂ ਉੱਥੇ ਬੇਟਾ ਤੁਸੀਂ ਫਾਰਮੂਲਾ ਲਾ ਦੇਣਾ, ਇਹੀ ਫਾਰਮੂਲਾ ਲਾ ਕੇ ਮਾਈਨਸ ਐਨ ਕਰ ਦੇਣਾ। ਐਨ ਨੰਬਰ ਆਫ ਸੰਖਿਆਵਾਂ, ਇਹ ਪੂਰਨ ਸੰਖਿਆਵਾਂ ਦਾ, ਐਨ ਇੰਟੂ ਐਨ ਪਲੱਸ 1 ਬਟਾ 2 ਮਾਈਨਸ ਐਨ, ਸਾਰੇ ਤੋਂ ਬਾਅਦ ਦੇ ਵਿੱਚ ਇੱਥੋਂ ਮਾਈਨਸ ਐਨ ਕਰ ਦੇਣਾ। ਤਾਂ ਬੇਟਾ ਇੱਥੇ ਜਦੋਂ ਇਹਦਾ ਹੱਲ ਆਪਾਂ ਕੀਤਾ ਹੋਇਆ ਆ 55 ਉੱਪਰਲੇ ਸਵਾਲ ਦੇ ਵਿੱਚ, ਹੈ ਨਾ, ਤਾਂ 55 ਮਾਈਨਸ ਐਨ ਕਿੰਨਾ, 10। 55 ਮਾਈਨਸ 10 ਅਤੇ ਇਹ ਆ ਗਿਆ 45। ਠੀਕ ਹੈ ਬੇਟਾ,
ਤਾਂ ਇਹਦੇ ਨਾਲ ਹੀ ਦੇਖੋ ਇੱਕ ਸਵਾਲ ਦੇ ਨਾਲ ਸਾਡੇ ਚਾਰ ਸਵਾਲ ਕਵਰ ਹੋ ਗਏ ਬੇਟਾ। ਡੈਫੀਨੇਟਲੀ ਇੱਕ ਸਵਾਲ ਆਉਣਾ ਹੀ ਆਉਣਾ ਆ ਤੁਹਾਨੂੰ ਪੇਪਰ ਦੇ ਵਿੱਚ, ਇਹਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਆ ਜੇਕਰ ਇਹ ਤੁਸੀਂ ਚਾਰੇ ਫਾਰਮੂਲੇ ਅੱਗੇ ਸਕੇਰਾਂ ਦੇ ਵਿੱਚ ਉਹ ਫਿਫਥ ਸਟੈਂਡਰਡ ਤੋਂ ਅਗਲੇ ਸਟੈਂਡਰਡ ਦੇ ਵਿੱਚ ਚੱਲ ਜਾਂਦੇ ਉਹ ਫਾਰਮੂਲਾ ਨਹੀਂ ਆਊਗਾ ਤੁਹਾਨੂੰ, ਤੁਹਾਨੂੰ ਬਸ ਜਿਸਤ ਸੰਖਿਆਵਾਂ, ਟਾਂਕ ਸੰਖਿਆਵਾਂ, ਪ੍ਰਕਿਰਤਕ ਤੇ ਪੂਰਨ ਸੰਖਿਆਵਾਂ ਦੇ ਬਾਰੇ ਮੋਸਟ ਪ੍ਰੋਬੇਬਲੀ ਸਵਾਲ ਆਉਂਦਾ ਆ ਪਿਛਲੇ ਸਾਲਾਂ ਦੇ ਜਦੋਂ ਆਪਾਂ ਪੇਪਰ ਚੈੱਕ ਕਰਦੇ ਹਾਂ। ਤਾਂ ਇਸ ਸਵਾਲ ਨੂੰ ਬੇਟਾ ਵਾਰ ਵਾਰ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਪੱਕਾ ਹੋ ਜਾਊਗਾ, ਸਮਝ ਲਓ ਵੀ ਇੱਕ ਜਿਹੜਾ ਸਵਾਲ ਦਾ ਤੁਹਾਡਾ ਪੱਕਾ ਹੋ ਜਾਣਾ ਇਹਦੇ ਨਾਲ। ਸੋ ਬੇਟਾ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ।